ਕਿਸਾਨ ਭਰਾਵੋ ਹਿਸਾਰ ਕਿਸਾਨ ਮੇਲੇ ਤੇ ਆ। ਦਿਨ ਅਜ ਦੂਸਰਾ। ਇੱਥੇ ਘੱਟੋ ਘੱਟ ਵੀ 10-15 ਵੈਰਾਈਟੀਆਂ ਦਾ ਟਰਾਇਲ ਲੱਗਿਆ ਹੋਇਆ ਹੈ। ਪ੍ਰਾਈਵੇਟ ਵੀ ਹੈਗੀਆਂ ਜਿਹੜੀਆਂ થોੜੀ ਬੀਤੂ ਤੋਂ ਸੀ ਖੇਤਾਂ 'ਚ ਲਾਏ ਹੋਏ ਆ ਉਹ ਹੈਗੀਆਂ ਤੇ ਕਪਾਹ ਵੀ ਹੈਗੀ ਤੇ ਇੱਥੇ ਕਪਾਹ ਸਰਕਾਰੀ ਡਿਪਾਰਟਮੈਂਟ ਦੀ ਵੀ ਲੱਗੀ ਹੋਈ ਹੈ। ਤੁਹਾਨੂੰ ਵੈਰਾਈਟੀਆਂ ਦਿਖਾਵਾਂਗੇ। ਇੱਥੇ ਸਾਨੂੰ ਗੱਲਬਾਤ ਕਰਨ ਲਈ ਕੋਈ ਅਧਿਕਾਰੀ ਤਾਂ ਨਹੀਂ ਮਿਲਿਆ ਪਰ ਨਰਮਾ ਖੇੜਿਆ ਹੋਇਆ। ਵਰਾਈਟੀਆਂ ਦੇ ਕੀ ਪ੍ਰੈਕਟਿਸ ਹੋਈ ਹੈ ਇਹਦੇ ਬਾਰੇ ਵੀ ਕੁਝ ਨਹੀਂ ਪਤਾ ਪਰ ਨਰਮੇ ਦੀਆਂ ਵਰਾਇਟੀਆਂ ਦਿਖਾਵਾਂਗੇ ਉਹਨਾਂ ਦਾ ਕੈਰੈਕਟਰ ਉਹਨਾਂ ਦਾ ਰੰਗ ਰੂਪ ਉਹਨਾਂ ਦਾ ਟੀਂਡਾ ਉਹਨਾਂ ਦਾ ਖੇੜਿਆ ਹੋਇਆ ਫੋਟ ਦਿਖਾਵਾਂਗੇ ਆਉਣ ਵਾਲੇ ਸਮੇਂ ਤੁਸੀਂ ਫੈਸਲਾ ਲੈ ਸਕਦੇ ਹੋ ਨਰਮੇ ਦੀ ਫਸਲ ਬਹੁਤ ਖਤਰਿਆਂ ਦੇ ਤਹਿਤ ਗੁਜ਼ਰ ਰਹੀ ਹੈ ਇਸ ਘੜੀ ਦੇ ਵਿੱਚ ਆਪਾਂ ਹੌਸਲੇ ਨੂੰ ਤਾਂ ਚੱਕਣ ਲਈ ਖੜੀ ਹੋਈ ਫਸਲ ਹੀ ਦੇਖ ਸਕਦੇ ਹਾਂ ਇਹਨੂੰ ਦੇਖ ਕੇ ਸਾੜਾ ਨਹੀਂ ਕਰ ਸਕਦੇ ਇਸ ਤਰ੍ਹਾਂ ਤੋਂ ਵੀ ਵੱਧ ਚੰਗੀ ਫਸਲ ਆਪਾਂ ਆਪਦੇ ਖੇਤ ਜਗਾਂ ਨੂੰ ਲੈਣੀ ਹੈ ਉਹਦੀ ਬਿਉਤਬੰਦੀ ਉਹਦੀ ਨੀਂ ਤੁਸੀਂ ਹੁਣ ਹੀ ਰੱਖ ਲਓ ਵੈਰਾਈਟੀ ਆਪਦੇ ਏਰੀਆ ਦੇ ਹਿਸਾਬ ਨਾਲ ਫਾਈਨਲ ਕਰ ਲਓ ਇੱਥੋਂ ਲੈ ਕੇ 11 ਵੈਰਾਈਟੀਆਂ ਪੁਰਾਣੀਆਂ ਹੀ ਪਰਚਲੇ ਤੇ ਨਵੀਆਂ ਸਾਰੀਆਂ ਨਰਮੇ ਦੀਆਂ ਲੱਗੀਆਂ ਹੋਈਆਂ ਤਿੰਨ ਚਾਰ ਵੈਰਾਈਟੀਆਂ ਕਪਾਆਂ ਦੀਆਂ ਲੱਗੀਆਂ ਹੋਈਆਂ ਸਾਰੀਆਂ ਹੀ ਤੁਹਾਨੂੰ ਇਸ ਵੀਡੀਓ ਦੇ ਜ਼ਰੀਏ ਮੈਂ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਪਹਿਲਾਂ ਤੁਹਾਨੂੰ ਰਾਸੀ ਦੀਆਂ ਪੰਜ ਵੈਰਾਈਟੀਆਂ ਦਿਖਾਉਣਾ 650 ਬਹੁਤ ਪੁਰਾਣੀ ਹੈ ਮਰੇਤਲੀ ਜ਼ਮੀਨ ਲਈ ਹੈ ਤੇ ਖਿੜੀ ਦੇਖ ਲਓ ਬਹੁਤ ਸੋਹਣੀ ਖਿੜੀ ਹੋਈ ਹੈ ਇਹਨਾਂ ਦਾ ਕਹਿਣਾ ਹੈਗਾ ਕਿ ਪਾਣੀ ਨਰਮੇ ਨੂੰ ਬਹੁਤ ਘੱਟ ਲਾਏ ਹੈਗੇ ਆ ਨਰਮਾ ਵਿਰਲਾ ਲਾਇਆ ਹੈਗਾ ਤੇ ਨਰਮੇ ਦੇ ਉੱਤੇ ਜਿਹੜੀਆਂ ਸਪਰੇਹਾਂ ਸਿਪਾਰਸ਼ ਕੀਤੀਆਂ ਜਾਂਦੀਆਂ ਨੇ ਉਹ ਹੀ ਕੀਤੀਆਂ ਹੋਈਆਂ ਤੇ ਜੇ ਆਪਾਂ ਨੂੰ ਕੋਈ ਇਨਾਂ ਦਾ ਪ੍ਰਤੀਨਿਧੀ ਇੱਥੇ ਕੋਈ ਦੱਸਣ ਦੇ ਲਈ ਗੱਲਬਾਤ ਕਰਨ ਦੇ ਲਈ ਕੋਈ ਅਧਿਕਾਰੀ ਮਿਲਦਾ ਹੈਗਾ ਕਿਉਂਕਿ ਅਜੇ ਤਾਂ ਸਵੇਰ ਦਾ ਸਮਾਂ ਹੈਗਾ ਤੇ ਬਰਾਇਡੀਆਂ ਨੂੰ ਆਪਾਂ ਆਪਦੇ ਪੱਧਰ ਤੇ ਇਹੀ ਦੇਖ ਰਹੇ ਹਾਂ ਤਾਂ ਆਪਾਂ ਤੁਹਾਨੂੰ ਇਸ ਪ੍ਰੈਕਟਿਸ ਦੀ ਜਾਣਕਾਰੀ ਸਕਰੀਨ ਦੇ ਉੱਤੇ ਲਿਖਤੀ ਰੂਪ ਚ ਵੀ ਦੇ ਦਾਂਗੇ ਤੇ ਉਦੇ ਨਾਲ ਗੱਲਬਾਤ ਕਰਕੇ ਜੇ ਉਹਨਾਂ ਨੇ ਇੰਟਰਵਿਊ ਕਰਵਾਉਣੀ ਚਾਹੀ ਤੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਕੇ ਇੰਟਰਵਿਊ ਵਾਰਤਾ ਲਾਭ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਇਹ 653 ਡਾਕਰਵਾਂ ਦੀ ਵੈਰੇਟੀ ਹੈ ਤੁਸੀਂ ਵੈਰੇਟੀ ਅਨੁਸਾਰਿਆਂ ਨੂੰ ਪਹਿਲਾਂ ਹੀ ਭਲੀਭਾਂਤ ਜਾਣਦੇ ਹੋ ਇਹਨਾਂ ਨੂੰ ਕੋਈ ਦੱਸਣ ਦੀ ਲੋੜ ਨਹੀਂ ਇਹ ਤੇ ਹਿੱਤਰ ਆ ਗਈ ਠੀਕ ਹੈ ਕਿਹੜੇ ਕਿਹੜੇ ਬਾਣ ਚ ਲੱਗਦੀ ਹੈ ਕਦੋਂ ਬਜਾਈ ਹੁੰਦੀ ਹੈ ਇਹ 77 ਆ ਗਈ ਰਾਸੀ ਦੀ ਤੇ ਰਾਸੀ 846 ਤੁਸੀਂ ਇਹਦਾ ਪੱਤਾ ਨੋਟ ਕਰ ਸਕਦੇ ਹੋ ਇਹਦਾ ਫੋਟੋ ਨੋਟ ਕਰ ਸਕਦੇ ਹੋ ਇਹਦਾ ਫੋਟੋ ਵੀ ਬਹੁਤ ਸੋਨਾ ਤੇ ਪੱਤਾ ਇਹਦਾ ਬਹੁਤ ਹੀ ਜ਼ਿਆਦੇ ਵੱਡਾ ਤੇ ਜ਼ਿਆਦੇ ਮਾਤਰਾ ਦੇ ਵਿੱਚ ਹੈਗਾ ਇਹ 926 ਹੈ ਜਿਹੜਾ ਜ਼ਿਆਦਾ ਮਾਤਰਾ ਚ ਲੱਗਿਆ ਇਸ ਤੇ ਬਹੁਤ ਸੋਨਾ ਖਿੜਿਆ ਹੋਇਆ ਤੇ ਪਤਾ ਨਹੀਂ ਇੱਥੇ ਸੁੰਡੀ ਦਾ ਟੈਗ ਘੱਟ ਹੋਇਆ ਨਹੀਂ ਹੋਇਆ ਕੀ ਪ੍ਰੈਕਟਿਸ ਹੋਈ ਪ੍ਰੈਕਟਿਸ ਤਾਂ ਹਜੇ ਹੋਲੇ ਦੇ ਵਿੱਚ ਹੀ ਹੈ ਇਹ ਪੰਜਵੀਂ ਵੈਰੈਟੀ ਆ ਗਈ 951 ਬਿਲਕੁਲ ਰੇਤ ਲੇਵਾਣ ਵਾਸਤੇ ਆ ਘੱਟੋ ਘਾਟ ਇਹਨਾਂ ਨੂੰ ਦੱਸਣਾ ਚਾਹੀਦਾ ਸੀਗਾ ਵੀ ਇੱਥੇ ਕਿਹੜੀ ਵੈਰੈਟੀ ਕਿਹੜੇ ਖੇਤ ਨੂੰ ਸੂਟ ਕਰਦੀ ਹੈਗੀ ਆ ਅੱਗੇ ਜਿਹੜੀਆਂ ਸਰਕਾਰੀ ਵੈਰੈਟੀਆਂ ਲੱਗੀਆਂ ਹੋਈਆਂ ਉਹਨਾਂ ਦੇ ਤਾਂ ਲਿਖਿਆ ਹੋਇਆ ਕਿੰਨਾ ਝਾੜ ਆ ਕਿਸ ਤਰ੍ਹਾਂ ਦੀ ਉਹਦੀ ਪਲਾਂਟ ਦੀ ਹੈਗੀ ਹੈ ਪੋਟੈਂਸ਼ੀਅਲ ਇਹ ਜੀਤ 177 ਲੱਗਿਆ ਹੋਇਆ ਜੀ ਪਲਾਂਟ ਵੀ ਦੇਖ ਲਓ ਖਿੜਿਆ ਹੋਇਆ ਵੀ ਤੁਸੀਂ ਦੇਖ ਸਕਦੇ ਹੋ ਉਹਦੇ ਤੇ ਹਰਿਆਵਲ ਵੀ ਦੇਖ ਸਕਦੇ ਹੋ ਇਹ ਅਜੀਤ ਦੀ 945 ਵੈਰੈਟੀ ਕਾਫੀ ਚਰਚਾ 'ਚ ਰਹੀ ਹੈ ਬਜਾਈ ਦੇ ਸਮੇਂ 20 ਮਿਲਿਆ ਨਹੀਂ ਫਾਰਮਰ ਨੂੰ ਤੇ ਇਹ ਵੈਰੈਟੀ ਦਾ ਝਾੜ ਕਾਫੀ ਜ਼ਿਆਦਾ ਹੀ ਦੱਸਿਆ ਜਾ ਰਿਹਾ ਹੈਗਾ ਤੇ ਪਰ ਖਿੜਿਆ ਹੋਇਆ ਹੀ ਦੇਖ ਸਕਦੇ ਹੋ 22 ਕੁਆਂਟਲ ਤੱਕ ਮੇਰਾ ਖਿਆਲ ਝਾੜ ਦੱਸਿਆ ਹੋਇਆ ਹੈ ਇਹਦਾ ਤੇ ਇਹ ਵੈਰੈਟੀ ਕੀ ਅੱਗੇ ਪੂਰਨੇ ਪਾਉਂਦੀ ਹੈ ਜਿਹੜੇ ਵੀਰਾਂ ਨੇ ਲਾਈ ਹੈ ਉਹ ਮੈਨੂੰ ਹੋਰ ਵਧੀਆ ਤਰੀਕੇ ਦੇ ਨਾਲ ਦੱਸ ਦੇਣ ਕਿਉਂਕਿ ਮੇਰੇ ਟੱਚ ਦੇ ਵਿੱਚ ਤਾਂ ਦੋ ਤਿੰਨ ਬੰਦਿਆਂ ਕੋਲੇ ਹੀ ਸਿਰਫ ਇਹਦਾ ਟ੍ਰੈਲਰ ਆ ਅੰਕਰ 355 ਬੋਣੇ ਕਾਦੀ ਕਿਸਮ ਹੈਗੀ ਹੈ ਤੇ ਬਹੁਤ ਸੋਹਣੀ ਖਿੜੀ ਹੋਈ ਹੈ ਵੀ ਐਸੇ ਤਾਂ ਸਾਰੀਆਂ ਵੈਰੈਟੀਆਂ ਨੂੰ ਹੀ ਭਾਗ ਲੱਗੇ ਹੋਏ ਆ ਜੇ ਚਲੋ ਆਪਾਂ ਤਾਂ ਨਰਮੇ ਦੇ ਕਿਸਾਨ ਆ ਜਿਹੜੇ ਨਰਮੇ ਦੀ ਲੇਬਰ ਆ ਉਹ ਇੱਥੇ ਆਜੇ ਤਾਂ ਉਹ ਆ ਨਰਮੇ ਨੂੰ ਤਾਂ ਬਹੁਤ ਜਿਹੜੀ ਆ ਚੁਗਣ ਦੇ ਲਈ ਪਸੰਦ ਕਰਨ ਅੰਕਰ 3244 ਇਹ ਵੀ ਪੁਰਾਣਾ ਹੀ ਸੈਗਮੈਂਟ ਆ ਤੇ ਕੇ ਸੀ ਐਚ 99 ਇਹ ਹੁਣ ਬ੍ਰਾਂਡ ਨਹੀਂ ਪਤਾ ਇਹ ਉੱਤੇ ਕੋਡਿੰਗ ਹੀ ਲਿਖੀ ਹੋਈ ਹੈ ਵੀ ਇਹ ਨਰਮਾ ਵੀ ਤੁਸੀਂ ਖੇੜਿਆ ਹੋਇਆ ਦੇਖ ਸਕਦੇ ਹੋ ਪੂਰੇ ਸੋਨੇ ਫੁੱਟਾ ਹਾਈਟ ਬਹੁਤ ਘੱਟ ਆ ਇਹਦੀ ਐਮ ਆਰ ਸੀ ਬਲਰਾਜ ਇਹ ਮਾਈਕੋ ਦਾ ਹੋਵੇਗਾ ਮੇਰਾ ਖਿਆਲ ਇਹ ਬਹੁਤ ਸੋਨਾ ਜਾਦੇ ਖੇੜਿਆ ਹੋਇਆ ਬਹੁਤ ਹੀ ਜਿਆਦੇ ਸੋਨਾ ਖੇੜਿਆ ਹੋਇਆ ਨਾ ਹੀ ਇਹਨਾਂ ਦੀ ਬਜਾਈ ਦੀ ਤਰੀਕ ਲਿਖੀ ਹੈ ਨਾ ਇਹਨਾਂ ਦਾ ਕੋਈ ਖਾਦਾਂ ਦਾ ਪ੍ਰਬੰਧ ਲਿਖਿਆ ਹੈਗਾ ਤੇ ਇਹ ਤੁਸੀਂ ਟਾਟਾ ਦਿਗਜ ਦੇਖ ਸਕਦੇ ਹੈਗੇ ਹੋ ਇਹ ਕਾਫੀ ਏਰੀਆ ਚ ਵੈਰੈਟੀ ਲੱਗੀ ਆ ਤੁਸੀਂ ਆਪਣਾ ਪਰਸਨਲ ਰਿਵਿਊ ਵੀ ਕਮੈਂਟਾਂ ਚ ਦੱਸ ਸਕਦੇ ਹੋ ਜੇ ਤੁਹਾਡੀ ਪਹਿਲੀ ਚੋਣੀ 5 ਕੁਇੰਟ ਲਾਈ ਆ ਤਾਂ ਕਿਹੜੀ ਵੈਰੈਟੀ ਆ ਆਹ ਵੈਰੈਟੀ ਤੁਹਾਨੂੰ ਕਿਵੇਂ ਲੱਗੀ ਹੈਗੀ ਆ ਇਹਦਾ ਜਿਹੜਾ ਪੱਕ ਹੈਗਾ ਤੁਸੀਂ ਉਹ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਕ੍ਰਿਸਟਲ 7172 777 ਬਹੁਤ ਟਾਈਮ ਤੋਂ ਚੱਲ ਰਹੀ ਹੈ ਤੇ ਪ੍ਰਾਣਿਕ ਹੀ ਹੈ ਇਹ ਕਿਸਮਾ ਨਵੀਆਂ ਕਿਸਮਾਂ ਨਹੀਂ ਹੈਗੀਆਂ ਇਹ ਵੀ ਕ੍ਰਿਸਟਲ 72 72 ਤੁਸੀਂ ਆਮ ਹੀ ਲਾਉਂਦੇ ਦੇਖ ਰਹੇ ਹੋ ਪਹਿਲਾਂ ਸਮੇ ਤੋਂ ਇਹ ਵੀ ਬਹੁਤ ਸੋਹਣਾ ਖਿੜਿਆ ਹੋਇਆ ਹੈਗਾ ਕੇ ਸੀ ਐਚ 307 ਕਵੇਰੀ ਅਸ਼ਾ ਦੇ ਇਹ ਕਵੇਰੀ ਸੀਡਸ ਵਾਲਿਆਂ ਦਾ ਇਹਨੂੰ ਵੀ ਟੀਂਡੇ ਬਹੁਤ ਜ਼ਿਆਦੇ ਨੇੜੇ-ਨੇੜੇ ਆ ਤੇ ਟੀਂਡੇ ਇੰਨੇ ਸੰਘਣ ਟੀਂਡੇ ਆ ਕਿ ਬੂਡੇ ਦਾ ਕੱਟਾ ਬਹੁਤ ਛੋਟਾ ਹੈਗਾ ਬਟ ਟੀਂਡੇ ਬਹੁਤ ਜ਼ਿਆਦੇ ਖਿੜੇ ਹੋਏ ਹੈਗੇ ਆ ਬਹੁਤ ਜਿਆਦਾ ਖੁਸ਼ੀ ਹੁੰਦੀ ਜੇ ਮਤਲਬ ਆਪਾਂ ਨੂੰ ਪ੍ਰੈਕਟਿਸ ਇਹ ਜਾਣਨ ਦਾ ਮੌਕਾ ਮਿਲਦਾ ਵੀ ਕਿਸ ਪ੍ਰੈਕਟਿਸ ਦੇ ਤਹਿਤ ਨਰਮਾ ਇੰਨਾ ਜਿਆਦਾ ਸੁੰਢੀ ਤੋਂ ਬਚ ਗਿਆ ਕਾਰਨ ਕੀ ਹੈ ਇੱਕ ਕਵੇਰੀ ਦਾ ਜੀ 9323 ਹੈ ਇਹਦੀ ਹਾਈਟ ਲਗਭਗ ਸਾਢੇ 4 ਫੁੱਟਾਂ 1.5 ਨੂੰ ਵੀ ਬਹੁਤ ਸੋਹਣਿਆ ਤੇ ਲਗਭਗ ਸਾਰਾ ਹੀ ਮਾਲ ਖਿੜਿਆ ਹੋਇਆ ਤੇ ਉਸ ਤੋਂ ਬਾਅਦ ਆ ਗਿਆ ਜੀ ਇਹਨਾਂ ਦਾ ਆਪਣਾ H1098I ਕਿਸਮ ਹੈਗੀ ਆ 16570 ਦਿਨ ਦੀ ਹੈ ਲੰਬੇ ਸਮੇਂ ਦੀ ਕਿਸਮ ਆ ਅਗੇਤੀ ਬੀਜਣ ਵਾਲੀ ਐ ਝਾੜ 20.6 ਕੁਆਂਟਲ ਪ੍ਰਤੀ ਹਕਟੇਰ ਆ ਮਤਲਬ ਕਿ 8 ਕੁਆਂਟਲ ਪ੍ਰਤੀ ਕਿੱਲੇ ਵਾਲੀ ਇਹਨਾਂ ਦੀ ਕਿਸਮ ਆ ਤੇ ਇਹ ਕਾਟਨ ਲਿਖਿਆ ਹੋਇਆ ਹੁਣ ਸਮਝ ਨਹੀਂ ਆ ਰਿਹਾ ਵੀ ਦੇਸੀ ਐ ਜਾਂ بیਟੀ ਐ ਜਾਂ ਕਿੱਦਾਂ ਹੈਗਾ ਤੇ ਇਹ ਵੀ ਇਹਨਾਂ ਦੀ ਹੀ ਕਿਸਮ ਹੈਗੀ ਐ H1236 16570 ਦਿਨ ਦੀ ਕਿਸਮ ਹੈ ਤੇ ਇਹ ਕਿਸਮ ਦਾ ਜਿਹੜਾ ਝਾੜ ਹੈਗਾ ਉਹ 26 ਨਹੀਂ ਹੈਗਾ ਇਹਦੇ ਤੇ ਝਾੜ ਦਾ ਡਾਟਾ ਜਿਹੜਾ ਹੈਗਾ ਜੀਲਡ 1984 ਕਿਲੋ ਪ੍ਰਤੀ ਹੈਕਟੇਰ ਆ ਮਤਲਬ ਇਹ ਵੀ 8 ਕਵਾਂਟਲ ਦੇ ਆਸੇ ਪਾਸੇ ਵਾਲੀ ਇਹ ਕਿਸਮ ਹੈਗੀ ਆ ਇਹ ਬੋਣੇ ਕੱਦ ਦੀ ਹੈ ਐਚ 12 26 ਹੈ ਜਾਂ ਡਿਵੈਲਪਿੰਗ ਹੈ ਜਾਂ ਇਹ ਡਿਵੈਲਪ ਹੋ ਚੁੱਕੀ ਹੈ ਜਾਂ ਮਾਰਕੀਟ ਚ ਦੇਣਾ ਇਹਦੇ ਬਾਰੇ ਕੋਈ ਸਬੰਧ ਨਹੀਂ ਹਜੇ ਆਪਾਂ ਨੂੰ ਪਤਾ ਲੱਗਿਆ ਹੈਗਾ ਇਹ ਕਿਸਮ ਵੀ ਵਧੀਆ ਖਿੜੀ ਹੋਈ ਆ ਕਾਟਨ ਐਚ 1300 ਲੱਗਿਆ ਹੋਇਆ ਤਾਂ ਇਹ ਕੋਈ ਕੋਡ ਨਹੀਂ ਹੈਗਾ ਆਪਾਂ ਕਹਿ ਸਕਦੇ ਆ ਕਿਸੇ ਪ੍ਰਾਈਵੇਟ ਕੰਪਨੀ ਦੀ ਨਹੀਂ ਹੈਗੀ ਇਹ ਵੀ ਡਿਪਾਰਟਮੈਂਟਲ ਹੀ ਵੈਰਾਈਟੀ ਹੈਗੀ ਆ ਜਿਹਦਾ ਝਾੜ ਇਹਨਾਂ ਨੇ 2291 ਕਿਲੋ ਪ੍ਰਤੀ ਹੈਕਟੇਅਰ ਕਿਹਾ ਮਤਲਬ ਕਿ ਸਾਢੇ 8-9 ਕੁਇੰਟਲ ਤੱਕ ਇਹਦਾ ਇਹਦਾ ਝਾੜ ਦੱਸਿਆ ਹੋਇਆ ਉਸ ਤੋਂ ਬਾਅਦ ਕਪਾਹਾਂ ਆ ਗਈਆਂ ਜੀ ਇਹ ਹਰੇ ਰੰਗ ਦੀ ਕਪਾਹ ਤੇ ਐਚ ਡੀ 432 ਇਹਦਾ ਜਿਹੜਾ ਝਾੜ ਹੈਗਾਗਾ ਉਹ 21.5 ਕੁਆਂਟਲ ਪ੍ਰਤੀ ਹੈਕਟੇਅਰ ਮਤਲਬ ਕਿ ਉਹੀ ਠੀਕ ਹੈ ਮੈਕਸਿਮਮ 8.59 ਕੁਆਂਟਲ ਤੱਕ ਹਾਈਟ ਇਹਦੀ ਕਾਫੀ ਜਿਆਦਾ ਹੈਗੀ ਆ ਫੁੱਟ ਵੀ ਤੁਸੀਂ ਦੇਖ ਸਕਦੇ ਹੈਗੇ ਉਹ ਤੇ ਟਿੰਡੀਆਂ ਹੀ ਲੱਗੀਆਂ ਹੋਈਆਂ ਹਜੇ ਓਨਾ ਜਿਆਦਾ ਖਿੜੀ ਨਹੀਂ ਹੋਈ ਕਪਾਾਸ ਐਚਡੀ 123 ਲੱਗੀ ਹੋਈ ਹੈ ਜਿਹੜੀ ਕਿ 165 ਤੋਂ 175 ਦਿਨ ਦੀ ਕਿਸਮ ਹੈਗੀ ਹੈ ਤੇ ਇਸ ਕਿਸਮ ਦਾ ਜਿਹੜਾ ਝਾੜ ਹੈਗਾ ਉਹ ਵੀ 22.9 ਕੁਆਂਟਲ ਪ੍ਰਤੀ ਹੈਕਟੇਅਰ ਦਾ ਛੜੀ ਹੋਈ ਵੀ ਤੁਸੀਂ ਦੇਖ ਸਕਦੇ ਹੋ ਛੜੀ ਵੀ ਹੈਗੀ ਥੋੜੀ ਥੱਲੇ ਤੇ ਬਟ ਬਾਕੀ ਹਜੇ ਟੀਂਡੇ ਖੇੜਨ ਵਾਲੇ ਰਹਿੰਦੇ ਹੈਗੇ ਆ ਇਸ ਤੋਂ ਇਲਾਵਾ ਐਚ ਡੀ 324 ਅਗੇਤੀ ਵਜਾਣ ਦੇ ਲਈ ਲੰਬੇ ਸਮੇਂ ਦੀ 170 75 ਦਿਨਾਂ ਵਾਲੀ ਕਿਸਮ 20 ਕੁਆਂਟਲ ਪ੍ਰਤੀ ਹੈਕਟੇਅਰ ਦੀ ਪਾਵਰ ਰੱਖਦੀ ਹੈ ਇਹ ਤੇ ਇਹਦਾ ਬੂਟਾ ਵੀ ਤੁਸੀਂ ਦੇਖ ਸਕਦੇ ਹੈਗੇ ਹੋ ਇਸ ਤੋਂ ਇਲਾਵਾ ਕਪਾਾਸ ਏ ਏ ਐਚ 1 180 85 ਦਿਨ ਦੀ ਸਭ ਤੋਂ ਲੰਬੇ ਸਮੇਂ ਦੀ ਕਹਿ ਸਕਦੇ ਆ ਤੇ ਝਾੜ 25 ਕੁਇੰਟਲ ਪ੍ਰਤੀ ਹੈਕਟੇਰ ਮਤਲਬ 10 ਕੁਇੰਟਲ ਪ੍ਰਤੀ ਕਿੱਲੇ ਵਾਲੀ ਵੈਰਾਈਟੀ ਹੈ ਇਹ ਤੇ ਖੀੜੀ ਵੀ ਹੋਈ ਹੈ ਤੇ ਡਿੱਗੀ ਵੀ ਨਹੀਂ ਹੋਈ ਤੇ ਇਹਦੇ ਜਿਹੜੇ ਫੁੱਟ ਹੈਗੇ ਆ ਉਹ ਵੀ ਕਾਫੀ ਸੋਹਣੇ ਹੈਗੇ ਆ ਬੂਟਾ ਤੁਸੀਂ ਦੇਖ ਸਕਦੇ ਹੋ ਕਰਦ ਬਹੁਤ ਕੀਤਾ ਹੋਇਆ ਸਾਢੇ 7-8 ਫੁੱਟ ਕਰਦ ਵੀ ਹੈਗਾ ਇਹਦਾ ਇਹ ਸ਼ਕਤੀਵਰਧਕ ਦੀ ਲੱਗੀ ਹੋਈ ਹੈ ਜੀ ਕੇਆਰ 64 ਜਿਹਦੀ ਬਲੈਕ ਰਾਈ ਸੀ ਤੁਸੀਂ ਤੇ ਜਿਹੜੇ ਵੀਰਾਂ ਨੇ ਲਾਈ ਹੈ ਰਿਜ਼ਲਟ ਜ਼ਰੂਰ ਦੱਸਿਓ ਤੇ ਇਹਦਾ ਪੱਤਾ ਥੋੜਾ ਜਿਹਾ ਪੀਲੇਪਣ ਜਾਂ ਫੁੱਟੀ ਦਾ ਰੰਗ ਬਹੁਤ ਸੋਹਣਾ ਖਿੜੀ ਹੋਈ ਐ ਕੱਦ ਵੀ ਕਾਫੀ ਇਹਨੇ ਲਿਆ ਹੋਇਆ ਹੈਗਾ ਤੇ ਇਸ ਤੋਂ ਬਾਅਦ ਜਿਹੜਾ ਹੈਗਾ ਉਹ ਬਿਨਾ ਬੋਰਡ ਤੋਂ ਵੈਰਾਈਟੀਆਂ ਜਿਹੜੀਆਂ ਖਿੜੀਆਂ ਹੋਈਆਂ ਪਤਾ ਨਹੀਂ ਟ੍ਰਾਇਲਡ ਆ ਜਾਂ ਕੋਈ ਇਹ ਬੋਰਡ ਇੱਥੋਂ ਮਿਸ ਹੈਗਾ ਤਾਂ ਲਗਭਗ ਮੈਂ ਤੁਹਾਨੂੰ 11-12 ਵੈਰਾਈਟੀਆਂ ਦਿਖਾਈਆਂ ਜਿਹੜੀਆਂ ਆਮ ਖੇਤਾਂ ਦੇ ਵਿੱਚ ਬੀਜੀਆਂ ਗਈਆਂ ਹੈਗੀਆਂ ਤੁਹਾਡੇ ਖੇਤਾਂ ਦੇ ਵਿੱਚ ਸਮੱਸਿਆ ਹੈਗੀ ਐ ਇੱਥੇ ਸਮੱਸਿਆ ਨਹੀਂ ਹੈਗੀ ਤਾਂ ਕੀ ਪ੍ਰੈਕਟਿਸ ਹੈ ਉਹ ਵੀ ਤੁਹਾਡੇ ਨਾਲ ਆਪਾਂ ਜਲਦੀ ਸ਼ੇਅਰ ਕਰਾਂਗੇ